ਜੋ ਸਾਡੀਆਂ ਕਿਸਾਨੀ ਦੇ ਨਾਲ ਸੰਬੰਧਿਤ ਮੰਗਾਂ ਨੇ, ਨਰਮੇ ਦਾ ਮਾਮਲਾ ਹੋ ਗਿਆ, ਕਿਸਾਨਾਂ 'ਤੇ ਚੱਲਦੇ ਘੋਲ ਦੌਰਾਨ 2000 ਤੋਂ ਲੈ ਕੇ ਪਾਏ ਹੋਏ ਪਰਚੇ ਹੈ ਉਹਨਾਂ ਦੇ ਰੱਦ ਦੀ ਗੱਲ ਆ ਗਈ, ਜਿਹੜੇ ਸ਼ਹੀਦ ਪਰਿਵਾਰਾਂ ਨੂੰ ਜਿਹੜੇ ਮੁਆਵਜ਼ੇ ਤੋਂ ਬਗੈਰ ਰਹਿੰਦੇ ਆ ਉਹਨਾਂ ਨੂੰ ਮੁਆਵਜ਼ੇ ਦੀ ਗੱਲ ਆ ਗਈ, ਅਤੇ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਜਿਹੜਾ ਮੁਆਵਜ਼ਾ ਹੈ ਉਹ ਲੈਣ ਦੀ, ਅਤੇ ਜੋ ਕਿਸਾਨਾਂ ਦੇ ਸਿਰ ਕਰਜ਼ਾ ਹੈ ਉਹ ਕਰਜ਼ੇ 'ਤੇ 5 ਏਕੜ ਤੋਂ ਘੱਟ ਸਾਰਿਆਂ 'ਤੇ ਲਕੀਰ ਮਾਰੀ ਜਾਵੇ, ਸਰਕਾਰ ਦੀ ਮੰਨੀ ਹੋਈ ਮੰਗ ਹੈ। ਇੱਥੋਂ ਦਾ ਪ੍ਰਸ਼ਾਸਨ ਹੈ ਜਿਹੜਾ ਉਹਦੇ ਨਾਲ ਲਗਾਤਾਰ 20 ਤਰੀਕ ਤੋਂ ਮੀਟਿੰਗਾਂ ਚੱਲ ਰਹੀਆਂ, ਉਹ ਹਜੇ ਤੱਕ ਯਾਨੀ ਜੇ ਕਹਿਣਾ ਹੋਵੇ ਕੁਛ ਪਿੰਡਾਂ ਦੇ ਵਿੱਚ 1,29,00,000 ਰੁਪਈਆ ਜਿਹੜਾ ਹਜੇ ਪਾਇਆ, ਜਿਹੜੇ ਬਾਕੀ ਸਾਰੇ ਬਲਾਕ ਨੇ ਉਹ ਉਵੇਂ ਦੀ ਉਵੇਂ ਖੜ੍ਹੇ ਨੇ, ਹਜੇ ਕਿਸੇ ਬਲਾਕ ਦੇ ਵਿੱਚ ਨਰਮੇ ਦਾ ਮੁਆਵਜ਼ਾ ਦੇਣਾ ਸ਼ੁਰੂ ਨਹੀਂ ਕੀਤਾ, ਕਿਸੇ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਨਹੀਂ ਦਿੱਤਾ, ਕਿਸੇ ਦੇ ਹਜੇ ਤੱਕ ਕਰਜ਼ੇ 'ਤੇ ਲਕੀਰ ਨਹੀਂ ਮਾਰੀ। ਅਸੀਂ ਲਗਾਤਾਰ ਕਹਿ ਰਹੇ ਹਾਂ ਵੀ ਸਾਨੂੰ ਲਿਸਟਾਂ ਦਿੱਤੀਆਂ ਜਾਣ, ਜਿਹੜਾ ਨਰਮੇ ਦਾ ਮੁਆਵਜ਼ਾ ਉਹ ਕਾਸ਼ਤਕਾਰਾਂ ਦੇ ਯਾਨੀ ਖਾਤੇ ਦੇ ਵਿੱਚ ਆਵੇ। ਅੱਜ ਜੋ ਮੀਟਿੰਗ ਕਰਨ ਤੋਂ ਵੀ ਭੱਜੇ ਹੋਏ ਸੀ ਤਾਂ ਸਾਨੂੰ ਮਜਬੂਰੀ ਬਸ ਆਹ DC ਦੇ ਘਰ ਦਾ ਘਰਾਓ ਕਰਨਾ ਪੈ ਰਿਹਾ, ਤਾਂ ਕਰਕੇ ਕਰਨਾ ਪੈ ਰਿਹਾ ਕਿ ਸਾਨੂੰ ਮੀਟਿੰਗ ਦਿੱਤੀ ਜਾਵੇ ਅਤੇ ਸਾਨੂੰ ਇਹ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਮੰਨੀਆਂ ਜਾਣ। ਜਿਹੜਾ ਕੱਲ੍ਹ ADC ਦੇ ਨਾਲ ਗੱਲ ਹੋਈ ਵੀ ਸਾਡੇ 'ਤੇ ਜਿਹੜੇ ਪਏ ਪਰਚੇ ਹੈ ਕਮ ਸੇ ਕਮ ਉਹਦੀਆਂ FRIਆਂ ਕੱਢ ਕੇ ਸਾਨੂੰ ਪਤਾ ਲੱਗੇ ਵੀ ਕਿਹੜੇ ਕੇਸ ਨੇ ਅਤੇ ਉਹਨਾਂ ਕੇਸ ਉਹ ਸਾਰੇ ਦੇ ਸਾਰੇ ਕੇਸ ਰੱਦ ਕਰੇ ਜਾਣ। ਸਾਰੇ ਦਿਨ ਦੇ ਵਿੱਚ 1 FRI ਕੱਢ ਕੇ ਦਿੱਤੀ ਹੈ ਸਾਨੂੰ ਝੰਡਾ ਸਿੰਘ ਦੇ ਕੇਸ ਦੀ, ਯਾਨੀ ਕੋਈ ਵੀ ਜਦੋਂ ਉਹ ਜੇਲ੍ਹ ਦੇ ਵਿੱਚੋਂ ਰਿਹਾਅ ਹੋਇਆ ਉਹ ਕੇਸ ਉਦੋਂ ਹੀ ਰੱਦ ਹੋ ਗਿਆ ਸੀ। ਯਾਨੀ ਇੱਥੋਂ ਦਾ ਪ੍ਰਸ਼ਾਸਨ ਇੰਨੀ ਢੀਠਤਾ ਧਾਰੀ ਹੋਈ ਹੈ, ਇਹਨੂੰ ਐਂ ਲੱਗਦਾ ਵੀ ਇਹ ਰੋਟੀਆਂ ਖਾ ਕੇ ਚਾਹ ਪੀ ਕੇ ਮੁੜ ਜਾਣਗੇ, ਯਾਨੀ ਇੰਨੇ ਨੂੰ ਚੋਣ ਜਾਬਤਾ ਲੱਗ ਜੂ, ਫਿਰ ਅਸੀਂ ਜੇ ਆਪਦੀ ਮਰਜ਼ੀ ਦੇ ਨਾਲ ਜਿਹੜੇ ਸਰਕਾਰ ਦੇ ਚਹੇਤੇ ਹੋਣਗੇ ਉਹਨਾਂ ਨੂੰ ਮੁਆਵਜ਼ਾ ਦੇਵਾਂਗੇ, ਉਹਨਾਂ ਨੂੰ ਸਾਰਾ ਆਹ ਸਾਰਾ ਕੁਛ ਉਹਨਾਂ ਦਾ ਕਰਾਂਗੇ। ਇਸ ਗੱਲ ਦਾ ਭੁਲੇਖਾ ਇੱਥੋਂ ਦਾ ਪ੍ਰਸ਼ਾਸਨ ਕੱਢ ਦੇ, ਜਦੋਂ ਤੱਕ ਸਾਡੀ ਮੰਗ ਮੰਨੀ ਨਹੀਂ ਜਾਂਦੀ, ਸਾਰੇ ਕਾਸ਼ਤਕਾਰਾਂ ਨੂੰ ਮੁਆਵਜ਼ਾ ਨਹੀਂ ਮਿਲ ਜਾਂਦਾ ਉਦੋਂ ਤੱਕ ਅਸੀਂ ਕਿਧਰੇ ਨਹੀਂ ਜਾਵਾਂਗੇ, ਇੱਥੇ ਡਟੇ ਰਹਾਂਗੇ, ਚਾਹੇ ਚੋਣ ਜਾਬਤਾ ਲੱਗੇ ਜੋ ਮਰਜ਼ੀ ਹੋਵੇ। ਅਸੀਂ ਲਗਾਤਾਰ ਇੱਥੇ 13 ਦਿਨ ਹੋ ਗਏ ਸਾਨੂੰ ਪੰਜਾਬ ਨਾਲ ਜਿਹੜੀਆਂ ਸੰਬੰਧਿਤ ਮੰਗਾਂ ਸੀ ਸਾਡੀਆਂ, ਇੱਥੇ ਮੁੱਖ ਮੰਗਾਂ ਹੀ ਜਿਹੜੀਆਂ ਸਰਕਾਰ ਨੇ ਮੰਨੀਆਂ ਹੋਈਆਂ, ਨਰਮੇ ਵਾਲੀ ਮੰਗ ਹੈ, ਨਰਮਾ ਕਲੱਬੀ ਸੁੰਡੀ ਨੇ ਖਰਾਬ ਕਰਤਾ ਸਾਰਾ ਦਾ ਸਾਰਾ, ਉਹਦੇ ਮੁਆਵਜ਼ੇ ਦੀ ਮੰਗ ਹੈ ਜਿਹੜੀ 17,000 ਏਕੜ ਵਾਲੀ ਉਹ ਮੰਨੀ ਹੋਈ ਹੈ, ਕਰਜ਼ੇ ਵਾਲੀ ਮੰਗ ਹੈ ਜਿਹੜੀ ਉਹ 2 ਲੱਖ ਤੱਕ ਵਾਲਾ, ਉਹ ਕਹਿੰਦੇ ਵੀ 5 ਕਿੱਲਿਆਂ ਤੱਕ ਵਾਲੇ ਅਸੀਂ 2 ਲੱਖ ਰੁਪਈਆ ਹਰੇਕ ਬੈਂਕ ਦਾ ਮੁਆਫ ਕਰ ਦਿਆਂਗੇ। ਖੁਦਕੁਸ਼ੀ ਆ ਪੀੜਤਾਂ ਦਾ ਹੈਗੀ ਹੈ ਵੀ ਉਹਨਾਂ ਨੂੰ 3 ਲੱਖ ਮੁਆਵਜ਼ੇ ਵਾਲੀ ਹੈ, ਉਹਨਾਂ ਦੇ ਪਰਿਵਾਰ ਨੂੰ ਨੌਕਰੀ ਵਾਲੀ ਹੈ, ਕਰਜ਼ੇ ਵਾਲੀ ਉਹਨਾਂ ਦੀ ਮੰਗ ਹੈ ਵੀ ਅਸੀਂ ਖਤਮ ਕਰਾਂਗੇ। ਐਂ ਮਤਲਬ ਮੋਟਰਾਂ ਦੇ ਕਨੈਕਸ਼ਨਾਂ ਵਾਲੀ ਮੰਗ ਹੈ ਸਾਡੀ, ਹੋਰ ਐਂ ਖਾਸੀਆਂ ਮੰਗਾਂ ਜਿਹੜੀਆਂ ਸਰਕਾਰ ਨੇ ਮੰਨੀਆਂ ਹੋਈਆਂ ਪਰ ਉਹਨੂੰ ਅਸਲ 'ਚ ਲਾਗੂ ਨਹੀਂ ਕਰ ਰਹੇ। ਉਹ ਮੰਨ ਕੇ ਵੀ ਮਤਲਬ ਥੱਲੇ ਮਤਲਬ ਪ੍ਰਸ਼ਾਸਨ ਦੀ ਢਿੱਲ ਹੈ ਜਾਂ ਸਰਕਾਰ ਦੀ ਢਿੱਲ ਹੈ, ਉਹ ਮਤਲਬ ਸਰਕਾਰ ਦੇ ਉੱਤੋਂ ਮਤਲਬ ਇਹਨਾਂ ਦਾ ਕੁੰਡਾ ਕਿਸੇ ਦਾ ਕੋਈ ਮਤਲਬ ਨਹੀਂ ਵੀ ਇੱਥੋਂ ਦਾ ਕੋਈ DC ਲਾਗੂ ਨਾ ਕਰੇ ਜਾਂ ਇੱਥੋਂ ਦਾ ਪ੍ਰਬੰਧ ਇਹ ਨਾ ਕਰੇ ਇਹ, ਪਰ ਇਹ ਲਗਾਤਾਰ ਢਿੱਲ ਮੱਠ ਕਰਕੇ ਇਹਨਾਂ ਨੂੰ ਐਂ ਵੀ ਇੱਥੋਂ ਇਹ ਲੋਕ ਉੱਠ ਜਾਣਗੇ ਠੰਡ 'ਚੋਂ ਇਹ ਭੱਜ ਜਾਣਗੇ। ਪਰ ਅਸੀਂ ਲੰਮਾ ਸਮਾਂ ਦਿੱਲੀ ਦੇ ਵਿੱਚ ਵੀ ਲੜੇ ਹਾਂ, ਸਾਲ ਭਰ ਉੱਥੇ ਬੈਠੇ ਰਹੇ ਹਾਂ ਲਗਾਤਾਰ, ਅਸੀਂ 1.5 ਸਾਲ ਉਦੋਂ ਲੜਦੇ ਰਹੇ ਹਾਂ, ਹੁਣ ਵੀ ਜਦੋਂ ਸਾਡੇ ਜਮਾਂ ਮਤਲਬ ਨੱਕ 'ਚ ਦਮ ਹੋਇਆ ਹੋਇਆ, ਨਰਮੇ ਦਾ ਮਤਲਬ ਵੱਡਾ ਨੁਕਸਾਨ ਹੋਇਆ ਮਾਲਵੇ ਪੱਟੀ ਦੇ ਵਿੱਚ, ਜਿੰਨਾ ਚਿਰ ਇਹ ਸਾਰੀਆਂ ਮੰਗਾਂ ਸਰਕਾਰ ਪੰਜਾਬ ਸਰਕਾਰ ਲਾਗੂ ਨਹੀਂ ਕਰਦੀ ਉਨਾ ਚਿਰ ਅਸੀਂ ਇੱਥੋਂ ਉੱਠ ਕੇ ਜਾਣਾ ਨਹੀਂ। ਅਸੀਂ ਕੱਲ੍ਹ ਦਾ ਇਹ ਸੈਕਟਰੀਏਟ ਵੀ ਘਿਰਿਆ ਹੋਇਆ ਅਤੇ ਅੱਜ ਜਦੋਂ ਕੋਈ ਗੱਲ ਨਹੀਂ ਸੁਣ ਰਿਹਾ, ਸਾਡੇ ਨਾਲ ਮੀਟਿੰਗ ਵੀ ਨਹੀਂ ਕਰ ਰਿਹਾ ਇੱਥੋਂ ਦਾ ਪ੍ਰਸ਼ਾਸਨ, ਅੱਜ ਅਸੀਂ ਫਿਰ ਇਹ DC ਸਾਹਿਬ ਦੀ ਕੋਠੀ ਹੈ ਜਿਹੜੀ ਉਹ ਘੇਰੀ ਹੋਈ ਹੈ। ਇਹ ਜਿੰਨਾ ਚਿਰ ਸਾਡੀਆਂ ਇਹ ਮੰਗਾਂ ਲਾਗੂ ਨਹੀਂ ਕਰਦੇ, ਭਾਵੇਂ ਇੱਥੇ ਚੋਣ ਜਾਬਤਾ ਲੱਗ ਜੇ, ਭਾਵੇਂ ਕੁਛ ਹੋ ਜੇ, ਅਸੀਂ ਕਿਉਂਕਿ ਪਹਿਲਾਂ ਬੈਠੇ ਹਾਂ, ਸਰਕਾਰ ਨੇ ਮੰਨੀਆਂ ਹੋਈਆਂ ਚੋਣ ਜਾਬਤੇ ਤੋਂ ਪਹਿਲਾਂ ਹੀ ਮੰਨ ਲਈਆਂ ਇਹ ਗੱਲਾਂ, ਅਤੇ ਅਸੀਂ ਵੀ ਲਗਾਤਾਰ ਪਹਿਲਾਂ ਲੜ ਰਹੇ ਹਾਂ, ਇਸ ਕਰਕੇ ਇਸ ਕਿਸਮ ਦਾ ਕੋਈ ਅਸੀਂ ਉਹਨਾਂ ਨੂੰ ਬਹਾਨਾ ਨਹੀਂ ਬਣਾਉਣ ਦੇਣਾ ਵੀ ਇਹ ਤਾਂ ਹੁਣ ਚੋਣ ਜਾਬਤਾ ਲੱਗ ਗਿਆ, ਅਸੀਂ ਲੜਾਂਗੇ ਦੁੱਧ ਤਿੱਖਾ ਵੀ ਕਰਾਂਗੇ ਕੋਲ ਨੂੰ।